ਲੁਧਿਆਣਾ ਵਿੱਚ ਵੀ ਲਗਾਤਾਰ ਤੇਜ਼ ਬਰਸਾਤ ਹੋ ਰਹੀ ਆ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ, ਉਸ ਤੋਂ ਬਾਅਦ ਲਗਾਤਾਰ ਜਿਹੜੀ ਤੇਜ਼ ਬਰਸਾਤ ਹੋ ਰਹੀ ਹੈ। ਜਿਵੇਂ ਇਹ ਭਾਖੜਾ ਡੈਮ ਦੇ ਜਿਹੜੇ ਇਹ ਫਲੱਡ ਗੇਟ ਖੋਲ੍ਹੇ ਹੋਏ ਨੇ, ਸਤਲੁਜ ਦਾ ਵੀ ਜਿਹੜਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ। ਉਸੇ ਤਰ੍ਹਾਂ ਨਾਲ ਜੇ ਲੁਧਿਆਣਾ ਦੇ ਵਿੱਚ ਬਰਸਾਤ ਦੇ ਤੁਹਾਨੂੰ ਦਿਖਾਵਾਂਗੇ ਕੁਛ ਦ੍ਰਿਸ਼। ਦੇਖੋ ਕਿਸ ਤਰ੍ਹਾਂ ਇਹ ਦਰਮੋਰੀਆ ਪੁਲ ਹੈਗਾ ਲੁਧਿਆਣਾ ਦਾ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਪਾਣੀ ਜਿਹੜਾ ਭਰਿਆ ਹੋਇਆ ਸਕੂਟਰ ਮੋਟਰਸਾਈਕਲ ਫਸ ਰਹੇ ਨੇ। ਤੁਹਾਡੇ ਸਾਹਮਣੇ ਤੁਹਾਨੂੰ ਤਸਵੀਰਾਂ ਮੈਂ ਕਹਿਣਾ ਚਾਹੂੰਗਾ, ਸਾਡੇ ਕੈਮਰਾ ਪਰਸਨ ਨੂੰ ਤਸਵੀਰਾਂ ਦਿਖਾਉਣ। ਸਾਹਮਣੇ ਸਕੋਰਪੀਓ ਕਾਰ ਆ ਜਿਹੜੀ, ਉਹ ਡੁੱਬੀ ਹੋਈ ਆ, ਉੱਥੋਂ ਨਿਕਲ ਨਹੀਂ ਸਕਦੀ ਹੈਗੀ, ਇੰਨਾ ਪਾਣੀ ਭਰਿਆ ਹੋਇਆ। ਜਦਕਿ ਲੁਧਿਆਣਾ ਪ੍ਰਸ਼ਾਸਨ ਨੂੰ ਕਈ ਵਾਰ ਲੋਕ ਅਪੀਲ ਕਰ ਚੁੱਕੇ ਨੇ ਲੁਧਿਆਣਾ ਦੇ ਵਿੱਚ ਜਿਹੜਾ ਪਾਣੀ ਦਾ ਨਿਕਾਸ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਰਮਚਾਰੀ ਨੇ, ਦੇਖੋ ਉਹ ਦਿਖਾਵਾਂਗੇ ਤੁਹਾਨੂੰ, ਸੀਵਰੇਜ ਦੇ ਢੱਕਣ ਜਿਹੜੇ ਪਾਣੀ ਦੇ ਨਿਕਾਸੀ ਵਾਲੇ ਢੱਕਣ, ਉਹ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਕਾਫੀ ਦੇਰ ਤੋਂ ਤੁਸੀਂ ਦੇਖ ਸਕਦੇ ਹੋ ਕਾਫੀ ਦੇਰ ਤੋਂ ਲੱਗੇ ਹੋਏ ਨੇ, ਪਰ ਹਾਲੇ ਤੱਕ ਉਹ ਸਫਲ ਨਹੀਂ ਹੋ ਸਕੇ ਉਹ ਢੱਕਣ ਖੋਲ੍ਹਣ ਦੇ ਵਿੱਚ। ਲੇਕਿਨ ਜਿਹੜਾ ਪਾਣੀ ਆ, ਪਾਣੀ ਦਾ ਪੱਧਰ ਇੱਥੇ ਲਗਾਤਾਰ ਵੱਧਦਾ ਜਾ ਰਿਹਾ। ਪਹਿਲਾਂ ਵੀ ਤੁਹਾਨੂੰ ਅਸੀਂ ਤਸਵੀਰਾਂ ਜਦੋਂ ਲਾਸਟ ਟਾਈਮ ਬਰਸਾਤ ਹੋਈ ਦਿਖਾਈਆਂ ਸੀ, ਉਸੇ ਟਾਈਮ ਵੀ ਇੱਥੇ ਇਹੀ ਹਾਲ ਸੀ। ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਜਿਹੜੀਆਂ ਪਾਣੀ ਭਰਿਆ ਹੋਇਆ ਹੈਗਾ ਦਮੋਰੀਆ ਪੁਲ ਦਾ ਇਲਾਕਾ, ਕਿਸ ਤਰ੍ਹਾਂ ਨਾਲ ਲੋਕਾਂ ਨੂੰ ਆਉਣ ਜਾਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਦੇਖ ਸਕਦੇ ਹੋ ਜਿਵੇਂ ਸਮੁੰਦਰ ਦੀਆਂ ਲਹਿਰਾਂ ਆਉਂਦੇ ਹੁੰਦੇ, ਉਸੇ ਤਰ੍ਹਾਂ ਨਾਲ ਜਿਹੜੀਆਂ ਪਾਣੀ ਆ ਜਿਹੜਾ ਲਗਾਤਾਰ ਦੂਸਰੇ ਪਾਸੇ ਵੱਲ ਵੱਧ ਰਿਹਾ ਹੈਗਾ। ਲਗਾਤਾਰ ਕਾਫੀ ਸਮੇਂ ਤੋਂ ਲੋਕਾਂ ਦੀਆਂ ਦਿੱਕਤਾਂ ਨੇ ਲੁਧਿਆਣਾ ਵਿੱਚ, ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਬਰਸਾਤ ਹੋਣ 'ਤੇ ਜਿਹੜਾ ਪਾਣੀ ਆ ਸੜਕਾਂ 'ਤੇ ਖੜ ਜਾਂਦਾ, ਲੋਕਾਂ ਨੂੰ ਆਉਣ ਜਾਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 'ਚ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।